ਅੱਜ ਲਈ ਨਹੀਂ ਤੁਹਾਡਾ ਇੱਕ ਨੌਲੇਜ ਟੈਸਟ ਆ ਦੱਸੋ ਮੱਛੀ ਦੇ ਘਰ ਵਾਲੇ ਨੂੰ ਕੀ ਕਹਿੰਦੇ ਨੇ ਤੇ ਨਾਲ ਨਾਲ ਕਰੋ ਰੈਸਪੀ ਜੁਆਏ ਬਣਾਉਣ ਲੱਗਿਆ ਮਸਾਲਾ ਫਿਸ਼ ਇਨ 에ਅਰ ਫਰਾਈ ਬਣਾ ਚੱਲ ਗਿਆ ਸਾਰੇ ਆਪਣੇ 10 ਤੋਂ 15 ਮਿੰਟ ਇਸ ਲੋ ਇਨ ਕੈਲਰੀ ਹਾਈ ਇਨ ਪ੍ਰੋਟੀਨ ਗ੍ਰੇਟ ਐਸ ਅ ਈਵਨਿੰਗ 스ਨੈਕ ਜਾਂ ਕਾਫੀ ਜਾਂ ਸਮਾਂ ਤਾਂ ਗਏ ਹੋ ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਲੈਟਸ ਗੈਟ ਇਨਟੂ ਦ ਰੈਸਪੀ ਮਸਾਲਾ ਫਿਸ਼ ਬਣਾਉਣ ਦੇ ਲਈ ਆਬਵੀਅਸਲੀ ਆਪਾਂ ਨੂੰ ਚਾਹੀਦੀ ਹੈ ਫਿਸ਼ ਮੈਂ ਇੱਥੇ ਬਾਸਾ ਫਿਲੇਟ ਯੂਜ਼ ਕਰ ਰਹੇ ਹਾਂ ਤੁਸੀਂ ਕੋਈ ਵੀ ਫਿਸ਼ ਯੂਜ਼ ਕਰ ਸਕਦੇ ਹੋ ਦੋ ਫਿਲੇਟ ਆਪਾਂ ਬਣਾਵਾਂਗੇ ਨਾਲ ਆਪਾਂ ਨੂੰ ਚਾਹੀਦਾ ਇੱਕ ਅੰਡਾ ਇੱਕ ਐਗ ਤੇ ਬਰੀਕ ਕਟਿਆ ਹੋਇਆ گارਲਿਕ ਨਾਰਮਲ ਜਿਹੜੇ ਘਰ 'ਚ ਮਸਾਲੇ ਯੂਜ਼ ਹੁੰਦੇ ਨੇ ਲਿਮਨ ਜੂਸ ਚਿਲੀ ਫਲੈਕਸ ਮਿਕਸ ਹਰਬ 오ਰੀਗানো ਕਸੂਰੀ ਮੇਥੀ ਆਇਲ ਸਪਰੇ ਤੇ ਆਬਵੀਅਸਲੀ ਆਪਣਾ 에ਅਰ ਫਰਾਈ ਫਿਰ ਸਭ ਤੋਂ ਪਹਿਲਾਂ ਆਪਾਂ ਫਿਸ਼ ਦੀ ਮੈਰੀਨੇਸ਼ਨ ਤਿਆਰ ਕਰਦੇ ਹਾਂ ਉਹਦੇ ਲਈ ਆਪਾਂ ਇੱਕ ਐਮਪ ਸਾਲਾ ਚਿਲੀ ਫਲੇਕ ਮਿਕਸ ਹਬ 오ਰਗੈਨੋ ਤਸੂਰੀ ਮੇਥੀ ਇੱਕ ਐਗ ਐਡ ਕਰਕੇ ਸਾਰੀ ਚੀਜ਼ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਆਪਣੀ ਫਿਸ਼ ਨੂੰ ਐਡ ਕਰਾਂਗੇ ਮਰੀਨੇਸ਼ਨ ਦੇ ਵਿੱਚ ਤੇ ਚੰਗੀ ਤਰ੍ਹਾਂ ਕੋਟਡ ਕਰ ਲਾਂਗੇ ਤੇ 에ਅਰ ਫਰਾਈ ਤੇ ਬੇਕਿੰਗ ਪੇਪਰ ਲਾ ਕੇ 160 ਡਿਗਰੀ ਤੇ 10 ਮਿੰਟ ਕੁਕ ਕਰਾਂਗੇ ਤੇ 10 ਮਿੰਟਾਂ ਬਾਅਦ ਆਪਾਂ ਉਹਦੀ ਸਾਈਡ ਚੇਂਜ ਕਰਕੇ 5 ਮਿੰਟ ਹੋਰ ਕੁਕ ਕਰਾਂਗੇ ਤੁਹਾਡੀ ਮਸਾਲਾ ਫਿਸ਼ ਤਿਆਰ ਹੈ ਹੋਪ ਯੂ ਲਾਈਕ ਥੈਟ ਐਸ ਵੀ ਪਲੀਜ਼ ਲੀਵ ਅ ਕਮੈਂਟ ਫਾਰ ਮੀ ਇਫ ਯੂ ਨੀਡ ਐਨੀ ਹੈਲਪ ਰਿਗਾਰਡਿੰਗ weight loss weight gain ਟਿਪ ਟ੍ਰਿਕ ਫੀਲ ਫਰੀ ਟੂ ਕੰਟੈਕਟ ਅਸ ਲ